ਬਣਾ ਕੇ ਦੇਵਾਂਗਾ ਅਫਗਾਨੀ ਚਿਕਨ, ਅਫਗਾਨ ਤੋਂ, ਉਹਦਾ ਨਾਮ ਹੈ ਆਬਿਦ ਖਾਨ। ਆਬਿਦ ਖਾਨ ਦੀ ਵੀ ਥੋੜ੍ਹੀ ਲੰਮੀ ਕਹਾਣੀ ਹੈ, ਉਹ ਵੀ ਤੁਹਾਨੂੰ ਦੱਸਾਂਗੇ। ਫਸਟ ਗ੍ਰੀਨ ਚਿਲੀਸ, ਇਹ ਮੇਰੀ ਫੇਵਰੇਟ ਹੈ, ਇੰਡੀਆ ਦੀ ਲੱਗਦੀ ਨਹੀਂ। ਆਹ ਕਿੱਥੇ ਬਣਾਇਆ ਯਾਰ ਜੀ? ਮੇਰੇ ਇੱਕ ਫਰੈਂਡ, ਮੈਨੂੰ ਆਬਿਦ ਖਾਨ ਨਾਮ ਹੈ, ਉਹ ਮੈਨੂੰ ਸਿਖਾਈ ਸੀਗੀ। ਵਾਹ ਜੀ ਵਾਹ, ਉਹ ਕਿੱਥੇ ਦੇ? ਪਾਕਿਸਤਾਨ ਦੇ ਸੀ ਕਿੱਥੇ ਦੇ? ਹਾਂਜੀ, ਇਹ ਆਪਣੇ ਵੱਡੇ ਭਾਈ ਸਾਹਿਬ ਇੰਗਲੈਂਡ ਤੋਂ ਆਏ ਨੇ, ਅਤੇ ਇਹਨਾਂ ਨੂੰ 25 ਤੋਂ 30 ਸਾਲਾਂ ਦਾ ਐਕਸਪੀਰੀਅੰਸ ਹੈ ਇੰਗਲੈਂਡ ਦੇ ਵਿੱਚ ਸ਼ੈਫ ਦਾ। ਅਤੇ ਇਹਨਾਂ ਨੇ ਹੈੱਡ ਸ਼ੈਫ ਦਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਫਿਰ ਸਵਾਗਤ ਹੈ ਰਣਜੀਤ ਸਿੰਘ ਜੱਗੀ ਦੀ ਕਿਚਨ ਵਿੱਚ। ਯਾਰ, ਉਹਨੇ ਕਿਤੇ ਬਾਹਰ ਗਏ ਸੀ, ਅਸੀਂ ਕਿਹਾ ਫਿਰ ਉਹਦੀ ਕਿਚਨ 'ਚ ਵੜ ਕੇ ਤੁਹਾਨੂੰ ਇੱਕ ਹੋਰ ਨਵੀਂ ਡਿਸ਼ ਥਾ ਕੀਤੀ ਜਾਵੇ। ਪਹਿਲੇ ਬਣਾਇਆ ਸੀਗਾ ਦੇਸੀ ਲੈਮ ਮੀਟ, ਜਾਣੇ ਬੱਕਰਾ, ਪਰ ਅੱਜ ਤੁਹਾਨੂੰ ਬਣਾ ਕੇ ਦੇਵਾਂਗਾ ਅਫਗਾਨੀ ਚਿਕਨ। ਅਫਗਾਨੀ ਚਿਕਨ ਇਹ ਮੈਂ ਰੈਸਪੀ ਲਿੱਤੀ ਸੀਗੀ ਆਪਣਾ, ਮੇਰਾ ਇੱਕ ਫਰੈਂਡ ਹੈਗਾ ਅਫਗਾਨ ਤੋਂ, ਉਹਦਾ ਨਾਮ ਹੈ ਆਬਿਦ ਖਾਨ। ਆਬਿਦ ਖਾਨ ਦੀ ਵੀ ਥੋੜ੍ਹੀ ਲੰਮੀ ਕਹਾਣੀ ਹੈ, ਉਹ ਵੀ ਤੁਹਾਨੂੰ ਦੱਸਾਂਗੇ। ਪਹਿਲੇ ਸਾਡਾ ਤੇਲ ਗਰਮ ਹੋ ਰਿਹਾ। ਆਬਿਦ ਨੂੰ ਮੈਂ ਮਿਲਿਆ ਸੀ ਉਸਨੂੰ, ਅਸੀਂ ਸਾਡੀ ਥੋੜ੍ਹੀ ਟਵਿਸਟ ਹੈ ਕਹਾਣੀ 'ਚ। ਜਦੋਂ ਅਸੀਂ ਇੱਕ ਪਠਾਨ ਅਤੇ ਸਰਦਾਰ ਮਿਲੇ ਸੀਗੇ, ਸਾਡੀ ਥੋੜ੍ਹਾ ਨਾ ਆਰਗਨਿੰਗ ਹੋ ਗਈ ਸੀਗੀ। ਇਹ ਵੀਡੀਓ ਉਹ ਵੀ ਦੇਖੇਗਾ, ਉਹ ਹੱਸੇਗਾ। ਅਤੇ ਅਸੀਂ ਉਸ ਤੋਂ ਬਾਅਦ ਅਸੀਂ ਕੀ ਕੀਤਾ ਸੀਗਾ, ਅਸੀਂ ਹੁਣ ਪੱਕੇ ਦੋਸਤ ਹਾਂ। ਉਹ ਮੈਂ ਉਹਦੀ ਅਫਗਾਨੀ ਕੜਾਈ ਪਸੰਦ ਕਰਦਾ, ਚਿਕਨ ਕੜਾਈ, ਉਹ ਮੈਂ ਜਦੋਂ ਅਸੀਂ ਕੜੀ ਪਕੌੜਾ ਬਣਾਉਣਾ, ਉਹ ਲਵ ਦਾ ਕੜੀ ਪਕੌੜਾ। ਅਤੇ ਦੋਸਤੋ, ਅਸੀਂ ਫਿਰ ਧਿਆਨ ਦੇਖਾਂਗੇ, ਕਿਤੇ ਗੱਲਾਂ 'ਚ ਮੈਂ ਗੱਲਾਂ ਮਾਰਦਾ ਰਹਿੰਦਾ, ਕਿਤੇ ਇਹ ਨਾ ਹੋਵੇ ਇੱਥੇ ਤੇਲ ਦਾ ਹੈਪੀ ਬਰਥਡੇ ਹੋ ਜਾਵੇ, ਪਰ ਅਜੇ ਤੇਲ ਅਜੇ ਹੈਗਾ। ਅੱਛਾ, ਆਪਾਂ ਕੀ ਰੈਡੀ ਰੱਖਣਾ ਹੈਗਾ? ਕੋਈ 6-7 ਓਨੀਅਨ, ਮਤਲਬ ਪਿਆਜ਼ ਮੇਰਾ 400 ਗ੍ਰਾਮ ਪਿਆਜ਼, ਪਿਆਜ਼ ਥੋੜ੍ਹਾ ਤਾਂ ਪੈਣਾ, ਥੋੜ੍ਹਾ ਭਾਵੇਂ ਤੁਹਾਡੀ ਮਰਜ਼ੀ ਹੈ ਪਿਆਜ਼ ਪਾਓ ਨਾ ਪਾਓ ਅਫਗਾਨੀ ਕੜਾਈ 'ਚ, ਪਰ ਟਮਾਟਰ ਪਾਉਣੇ ਪੈਂਦੇ ਆ ਨਾਈਸ, ਕੋਈ 5-6 ਟਮਾਟਰ ਪਾਓ ਸੋਹਣੇ ਮੋਟੇ ਮੋਟੇ ਲਾਲ ਜੇ। ਉਸ ਤੋਂ ਬਾਅਦ ਅਸੀਂ ਇਸ 'ਚ ਮਸਾਲੇ ਬਹੁਤ ਘੱਟ ਪੈਂਦੇ ਆ, ਇਸ 'ਚ ਗਾਰਲਿਕ ਜਿੰਜਰ ਥੋੜ੍ਹਾ ਜਿਹਾ ਆਪਾਂ ਪਾਵਾਂਗੇ, ਪੰਜਾਬੀ ਟਵਿਸਟ ਗ੍ਰੀਨ ਚਿਲੀਆਂ, ਅਤੇ ਥੋੜ੍ਹੀ ਪਾਵਾਂਗੇ ਕਾਲੀ ਮਿਰਚ। ਇਸ ਲਈ ਵੀ ਮੈਂ ਇਹੀ ਕਹੂੰਗਾ ਤੁਹਾਨੂੰ ਮਜ਼ਾ ਨਾ ਆਇਆ ਅਤੇ ਪੈਸੇ ਵਾਪਸ ਜਿਹੜੇ ਤੁਸੀਂ ਮੈਨੂੰ ਦਿੱਤੇ ਹੈ। ਯਾਰ ਜੀ, ਤੇਲ ਸਾਡਾ ਰੈਡੀ ਹੈ, ਧੂੰਆਂ ਮਾਰ ਰਿਹਾ, ਇਹ 'ਚ ਝੱਗ ਵੀ ਸੀ ਉਹ ਵੀ ਖਤਮ ਹੋ ਗਈ, ਉਸਰੋਂ ਵੀ ਥੋੜ੍ਹਾ ਪਿੱਛੇ ਹਟ ਜਾਓ, ਇਹ ਨਾ ਹੋਵੇ ਹੈਪੀ ਬਰਥਡੇ ਹੋ ਜਾਵੇ। ਇਹ ਆ ਗਿਆ ਪਿਆਜ਼ ਪਹਿਲੇ ਸਾਡਾ, ਇਹ ਪਿਆਜ਼ ਪਾਤਾ, ਇਹਨੂੰ ਅਸੀਂ ਕਰਾਂਗੇ ਥੋੜ੍ਹਾ ਜਿਹਾ ਫਰਾਈ। ਇਹ 'ਚ ਸਾਰਾ ਕੁਛ ਸਿੰਪਲ ਹੈ, ਅਫਗਾਨੀ ਪੀਪਲ ਖਾਂਦੇ ਹੈਲਥੀ ਫੂਡ। ਇਹ ਮੇਰਾ ਯਾਰ ਜਦੋਂ ਆਬਿਦ ਵੀ ਦੇਖੇਗਾ, ਮੈਨੂੰ ਕਹਾਂਗਾ, ਹੋਰ ਵੀ ਮੇਰੇ ਅਫਗਾਨੀ ਭਰਾ ਜਿਹੜੇ ਦੇਖਣਗੇ, ਉਹ ਮੈਨੂੰ ਦੱਸਣ ਇਹ ਮੈਂ ਰੋਂਗ ਬਣਾਈ ਹੈ ਜਾਂ ਰਾਈਟ। ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ, ਮੀਨਿੰਗ ਮੇਰੇ ਬ੍ਰਦਰ ਨੂੰ ਕਮੈਂਟ ਕਰਕੇ ਦੱਸਿਓ, ਰਣਜੀਤ ਸਿੰਘ ਜੱਗੀ ਨੂੰ। ਇਹ ਸਾਡੀ ਓਨੀਅਨ ਥੋੜ੍ਹੇ ਭੁੰਨਾਂਗੇ ਅਸੀਂ, ਪਿਆਜ਼ ਨੂੰ ਇੱਥੇ ਰੱਖੀ ਸਪੂਨ, ਥੋੜ੍ਹਾ ਜਿਹਾ 1-2 ਮਿੰਟ ਕਰਾਂਗੇ, ਇਹ 'ਚ ਸਾਰਾ ਕੱਚਾ ਸਾ ਕਰ ਦੇਣਾ ਆਪਾਂ ਨੇ, ਕਿਉਂਕਿ ਅਸੀਂ ਇੰਡੀਅਨ ਸਟਾਈਲ ਬਣਾਉਂਦੇ ਹਾਂ, ਥੋੜ੍ਹਾ ਚਿਕਨ ਬਲੈਮ ਆਪਣਾ ਸਭ ਕੁਝ ਬਰਾਊਨ ਕਰਕੇ, ਇਹ 'ਚ ਇੱਦਾਂ ਕਰਨ ਦੀ ਲੋੜ ਨਹੀਂ, ਕੋਈ ਜ਼ਿਆਦਾ ਕਾਲਾ ਪੀਲਾ ਕਰਨ ਦੀ ਲੋੜ ਨਹੀਂ। ਇੱਥੇ ਲਿੱਤਾ ਅਸੀਂ 1 ਕਿਲੋ ਚਿਕਨ, ਹੁਣ ਅਸੀਂ ਨਾਲ ਇਹਦੇ ਚਿਕਨ ਐਡ ਕਰ ਦਾਂਗੇ ਠਾ ਕਰਕੇ, ਇਹ ਚਿਕਨ ਵੀ ਗਿਆ ਅੰਦਰ, ਚਿਕਨ ਗਿਆ। ਅੱਛਾ ਯਾਰ ਜੀ, ਚਿਕਨ ਗਿਆ ਇਸ ਵਿੱਚ, ਵੈਸੇ ਤਾਂ ਤੁਸੀਂ ਥੋਮ ਜਾਂ ਗਾਰਲਿਕ ਨੂੰ ਪੂਰਾ ਪੂਰਾ ਸਪਾ ਲੈਂਦੇ ਹੋ, ਪੂਰਾ ਪਾ ਸਕਦੇ ਹੋ, ਪਰ ਇੱਥੇ ਥੋੜ੍ਹਾ ਪੰਜਾਬੀ ਟੱਚ ਦਿੱਤਾ, ਮੈਂ ਥੋੜ੍ਹਾ ਇਹਨਾਂ ਨੂੰ ਠੇ ਲਿਆ, ਮਤਲਬ ਇਸਕੋ ਹਮਨੇ ਕੂਟ ਲਿਆ ਥੋੜ੍ਹਾ ਸਾ ਜੀ ਹਿੰਦੀ 'ਚ ਬੋਲੀਏ, ਅਤੇ ਇਹ ਹੋ ਗਿਆ। ਇਹ ਮੈਂ ਪਾਤਾ ਵੀ ਇਸ 'ਚ ਨਾ ਥੋੜ੍ਹਾ ਮਜ਼ਾ ਆ ਜਾਏਗਾ ਟੇਸਟ। ਇਹ ਭਾਈ ਜੇ ਕੋਈ ਗਲਤੀ ਹੋਈ, ਇਹ ਮੇਰੇ ਯਾਰ ਆਬਿਦ ਨੂੰ ਤੁਸੀਂ ਗੱਲ ਕਰਕੇ ਕਰ ਸਕਦੇ ਹੋ, ਮੈਂ ਤੁਹਾਨੂੰ ਜੇ ਕੋਈ ਮੰਗੇਗਾ ਮੈਂ ਨੰਬਰ ਮੈਂ ਉਹਦਾ ਦੇ ਦਾਂਗਾ, ਅਤੇ ਉਹਨੂੰ ਕੋਈ ਕੰਪਲੇਂਟ ਕਰੋ ਵੀ ਜੇ ਇਹਨੇ ਮੈਨੂੰ ਚੰਗੀ ਤਰੀਕੇ ਨਾਲ ਨਹੀਂ ਸਿਖਾਈ। ਆਹ ਦੇਖੋ, ਇਹਨੂੰ ਥੋੜ੍ਹਾ ਜਿਹਾ ਅਸੀਂ ਕਰ ਲਾਂਗੇ ਘਉ ਮਾਉ, ਕੋਈ ਪਿਆਜ਼ ਗਰਮ ਬਰਾਊਨ ਕਰਨ ਦੀ ਲੋੜ ਨਹੀਂ,
ਕੋਈ ਗਾਰਲਿਕ ਜਿੰਜਰ ਅਦਰਕ ਥੋਮ ਗਰਮ ਕਰਨ ਦੀ ਲੋੜ ਨਹੀਂ, ਇਹਨੂੰ ਤੁਸੀਂ ਪਹਿਲਾਂ ਇੱਦਾਂ ਠਾ ਕਰ ਦੇਣਾ, ਇਹਨੂੰ ਅਸੀਂ ਤੇਜ਼ ਫਲੇਮ 'ਤੇ ਰੱਖਣਾ। ਥੋੜ੍ਹਾ ਸਾਡਾ ਚਿਕਨ ਹੋ ਰਿਹਾ ਚਿੱਟਾ, ਜਦ ਤੱਕ ਇਹ ਹੋਰ ਜਿਹੜਾ ਚਿੱਟਾ ਆਉਂਦਾ ਅਸੀਂ ਕੁਛ ਇਹਨੂੰ ਪਾਣੀ ਨੂੰ ਟੱਚ ਨਹੀਂ ਕਰਨਾ, ਇਹਨੂੰ ਇਹਨੇ ਆਪਣੀ ਸੋਸ ਵਿੱਚ ਪਕਣਾ। ਇਹ ਬਣੂਗਾ ਸੂਕਾ ਬੁਨਾ ਸਟਾਈਲ, ਅਫਗਾਨੀ ਕੜਾਈ ਸੂਕਾ ਬੁਨਾ ਸਟਾਈਲ। ਅਤੇ ਹੁਣ ਇਹ ਜਿਹੜਾ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ, ਸਾਡੇ ਕੋਲ ਲਾਲ ਲਾਲ ਟਮਾਟਰ ਇਹ ਦੇਖੋ ਟੈਂਟਣ। ਇਹਦਾ ਹੁਣ ਅਸੀਂ ਕਰਾਂਗੇ ਥੋੜ੍ਹਾ ਅੱਤਿਆਚਾਰ, ਅੱਤਿਆ ਫੁੱਲ ਪੈਂਦੇ ਹੈ, ਪਰ ਇੱਥੇ ਮੇਰੇ ਕੋਲ ਕੜਾਈ ਥੋੜ੍ਹੀ ਛੋਟੀ ਹੈ, ਇਸ ਕਰਕੇ ਮੈਂ ਥੋੜ੍ਹੇ ਛੋਟੇ ਕਰ ਲਵਾਂਗਾ। ਆ ਗਿਆ ਜੀ ਅੱਤਿਆਚਾਰ ਟਮਾਟਰਾਂ ਦਾ, ਇਹਨੂੰ ਅਸੀਂ ਕਰ ਦੇਣੇ, ਇਹਨੂੰ ਧੋ ਧੁਆ ਲਿੱਤਾ, ਇਹਦੀ ਜਿਹੜੀ ਗੁਠਲੀ ਜਿਹੜੀ ਹੁੰਦੀ ਉਹ ਕੱਢਤੀ ਹੈਗੀ ਹੈ। ਵੈਸੇ ਤੁਸੀਂ ਫੁੱਲ ਪਾਉਂਦੇ ਹੈਗੇ ਅਫਗਾਨ ਪਾ, ਮੈਂ ਥੋੜ੍ਹਾ ਜਿਹਾ ਚੇਂਜਿੰਗ ਕਰ ਰਿਹਾ, ਇੱਥੇ ਥੋੜ੍ਹਾ ਜਲਦੀ ਕੁੱਕ ਹੋ ਜਾਏਗਾ, ਇਸ ਕਰਕੇ ਇਹਨੂੰ ਥੋੜ੍ਹੇ ਇਹ ਛੋਟੇ ਛੋਟੇ ਪੀਸ ਕਰ ਲਏ। ਟਮਾਟਰਾਂ ਦਾ ਟੇਸਟ ਆ ਪਾਊ ਇਹਨੂੰ ਵਿੱਚ, ਅਤੇ ਪਿਆਜ਼ਾਂ ਦਾ। ਟਮਾਟਰ ਗਏ ਅਸੀਂ ਕੱਟ, ਹੁਣ ਥੋੜ੍ਹਾ ਵਾਪਸ ਕੜਾਹੀ ਵੱਲ ਆ ਜਾਵਾਂਗੇ ਅਫਗਾਨੀ ਕੜਾਹੀ ਵਾਸਤੇ, ਇਹਨੂੰ ਦੇਖਾਂਗੇ ਥੋੜ੍ਹਾ ਘੋਮੋ ਕਰਾਂਗੇ। ਇਹਦਾ ਇਹੀ ਹੈ, ਪਾਣੀ ਸੁੱਕਿਆ ਅਤੇ ਅਫਗਾਨੀ ਕੜਾਹੀ ਸਟਾਰਟ। ਬਿਊਟੀਫੁੱਲ, ਦੇਖ ਲਓ ਇਹ 'ਚ ਕੋਈ ਮਸਾਲਾ ਨਹੀਂ ਪਾਇਆ ਪਾ, ਸਿਰਫ ਉਹ ਪਿਆਜ਼ ਪਾਇਆ ਅਤੇ ਗਾਰਲਿਕ ਜਿੰਜਰ ਪਾਈ ਹੈ ਮੈਨੇ, ਥੋਮ ਅਤੇ ਅਦਰਕ। ਇਹ 'ਚ ਥੋੜ੍ਹੇ ਸੀ ਪਹਿਲੇ ਨਾ, ਵੈਸੇ ਮੈਂ ਪੀਸ ਕੇ ਪਾਈ ਹੈ ਅਦਰਕ, ਥੋੜ੍ਹੇ ਜਿਹੇ ਮੈਂ ਥੋੜ੍ਹੇ ਜਿਹੀ ਪਹਿਲੇ ਹੀ ਬਾਅਦ 'ਚੋਂ ਵੀ ਪਾਵਾਂਗੇ, ਇਹ ਸਲਾਈਸ ਮੈਂ ਥੋੜ੍ਹੇ ਪਹਿਲੇ ਵੀ ਪਾ ਤੇ, ਥੋੜ੍ਹੇ ਨਾ ਮੂੰਹ ਜਦੋਂ ਆਉਂਦੀ ਨਾ ਜਿੰਜਰ ਅਦਰਕ, ਓਹੋ ਲਵਲੀ ਜਵਲੀ। ਆਹ ਦੇਖ ਲਓ ਹੁਣ ਜਿਵੇਂ ਕੋਈ ਮਸਾਲਾ ਨਹੀਂ ਪਾਇਆ, ਅਤੇ ਇਹਦੀ ਖੁਸ਼ਬੂ ਇੰਨੀ ਆ ਰਹੀ ਹੈ ਕੁਛ ਕਹਿਣ ਦੀ ਹੱਦ ਨਹੀਂ। ਤੁਸੀਂ ਆਹ ਬਣਾਓ ਈਜ਼ੀ ਪੀਜ਼ੀ, ਨਹੀਂ ਤਾਂ ਕਮੈਂਟ ਕਰਕੇ ਦੱਸੋ ਭਾ ਆਹ ਕੀ ਚੀਜ਼ ਆ, ਉਹ ਕੀ ਚੀਜ਼ ਹੈ, ਉਹ ਤੁਹਾਨੂੰ ਮੈਂ ਦੱਸ ਦਾਂਗਾ ਕੁਛ, ਜਾਂ ਮੈਂ ਆਪਣੇ ਬ੍ਰਦਰ ਰਣਜੀਤ ਜੱਗੀ ਨੂੰ, ਉਹਨੂੰ ਮੈਨੂੰ ਦੱਸ ਦੇਗਾ ਕੀ ਚਾਹੀਦਾ, ਅਤੇ ਨੋ ਪ੍ਰੋਬਲਮ ਹੋਲ। ਇਹ ਦੇਖੋ ਯਾਰ ਜੀ, ਸਾਡਾ ਚਿਕਨ ਹੋ ਗਿਆ ਨਾਈਸ ਚਿੱਟਾ ਚਿੱਟਾ, ਲਾਈਕ ਇੰਗਲਿਸ਼ ਪੀਪਲ ਨਾਈਸ, ਠੀਕ ਹੈ ਜੀ, ਲਵਲੀ ਜੁਬਲੀ ਹੋ ਗਿਆ। ਹੁਣ ਉਹ 'ਚ ਕੀ ਕਰਾਂਗੇ, ਅਸੀਂ ਜਿਹੜਾ ਟਮਾਟਰ ਦਾ ਅੱਤਿਆਚਾਰ ਕੀਤਾ ਸੀ, ਉਹਨੂੰ ਤੁਸੀਂ ਕਹੋਗੇ ਵੀ ਫੁੱਲ ਕਿਉਂ ਨਹੀਂ ਪਾਏ, ਉਹ ਯਾਰ ਪਤਾ ਕਿ ਥੋੜ੍ਹਾ ਮੈਂ ਆਪਣਾ ਪੰਜਾਬੀ ਟੇਸਟ ਕੀਤਾ ਵੀ ਥੋੜ੍ਹਾ ਜਲਦੀ ਕੁੱਕ ਹੋ ਜੂਗਾ, ਬੰਦੇ ਕਈ ਵੇਟਿੰਗ ਜਾਂ ਕਹਿੰਦੇ ਖਵਾਓ ਸਾਨੂੰ ਜਲਦੀ ਖਵਾਓ, ਇਸ ਕਰਕੇ ਮੈਂ ਟਮਾਟਰ ਵੀ ਠਾਹ ਕਰਤੇ। ਇਹ ਹੁਣ ਇਹਨੂੰ ਟਮਾਟਰਾਂ ਦੀ ਜਾਨ ਕੱਢਾਂਗੇ, ਫਿਰ ਰੈਡੀ ਹੋ ਜਾਏਗਾ। ਇਹਨਾਂ ਦਾ ਇਹੀ ਟੇਸਟ ਹੈ, ਸਾਡੇ ਅਫਗਾਨੀ ਪਾ ਤਾਂ ਹੀ ਗੋਰੇ ਚਿੱਟੇ ਐਂ ਭਲਵਾਨ ਠਾਹ ਕਰਕੇ ਹੁੰਦੇ ਆ। ਇਹ ਅਭੀਤ, ਅਗਰ ਕੋਈ ਕੰਪਲੇਂਟ ਆਈ ਤਾਂ ਕਮੀਨੇ ਤੂੰ ਜ਼ਿੰਮੇਵਾਰ ਹੋਗਾ, ਮੈਂ ਜਿਹਦਾ ਆਪ ਵੀ ਤਾਂ ਨੰਬਰ ਮੰਗਿਆ ਮੇਰੇ ਤੋਂ ਲੈ ਲਓ, ਕੋਈ ਐਸੀ ਗੱਲ ਨਹੀਂ। ਇੱਕ ਮੇਰਾ ਔਰ ਫਰੈਂਡ ਅਫਗਾਨੀ, ਉਸਕੇ ਦਾਂਤ ਬਹੁਤ ਬੜੇ ਬਣੇ, ਅਗਰ ਉਸਕਾ ਮੈਂ ਨਾਮ ਲੂਆ ਨਾ, ਉਸਨੇ ਮੁਝਸੇ ਕਾਪੀਰਾਈਟ ਮੰਗ ਲੈਣਾ ਵੀ ਮੇਰਾ ਤੁਮਨੇ ਨਾਮ ਕਿਉਂ ਲਿਆ, ਮੁਝੇ ਪੈਸੇ ਦਿਓ, ਇਸ ਲਈ ਉਸਕਾ ਨਾਮ ਨਹੀਂ ਮੈਂ ਲੇਤਾ। ਉਹ ਤਾਂ ਸਵਰਤਾ ਸਵਸਥਾ ਵੀ ਨਹੀਂ ਹੈ, ਮੁਝੇ ਬੋਲਤਾ ਹੈ ਅਗਰ ਮੈਂ ਸਵਰੂੰਗਾ ਸਮਾਰਟ ਬਣੂੰਗਾ ਮੁਝੇ ਨਜ਼ਰ ਲੱਗ ਜਾਏਗੀ। ਉਸ ਤੋਂ ਪਿਆਜ਼ ਵੀ ਹੋ ਗਏ, ਟਮਾਟਰ ਵੀ ਠਾ ਹੋ ਗਏ, ਅਸੀਂ ਹੁਣ ਪਾਵਾਂਗੇ ਥੋੜ੍ਹਾ ਲੂਣ, ਮੀਨਿੰਗ ਥੋੜ੍ਹਾ ਨਹੀਂ ਨੋਰਮਲ ਲੂਣ ਪਾ ਦਾਂਗੇ। ਲੂਣ ਮੈਂ ਬਾਅਦ 'ਚ ਕਿਉਂ ਪਾਇਆ, ਕਿਉਂਕਿ ਲੂਣ ਜੇ ਪਿਆਜ਼ ਨੂੰ ਥੋੜ੍ਹਾ ਨਾ 'ਚ ਭੁੰਨਣਾ ਪੈਂਦਾ ਹਲਕਾ ਜਿਹਾ, ਬਰਾਊਨ ਨਹੀਂ ਕਰਨੇ ਪੈਂਦੇ, ਮਤਲਬ ਜੇ ਅਸੀਂ ਲੂਣ ਪਹਿਲੇ ਪਾ ਦੇਣਾ ਪਿਆਜ਼ ਨੇ ਜ਼ਿਆਦਾ ਪਾਣੀ ਪਾ ਦੇਣਾ ਸੀਗਾ ਤਾਂ ਉਹਨੂੰ ਭੁੰਨਣਾ ਔਖਾ ਹੋ ਜਾਂਦਾ। ਹੁਣ ਪਾ ਦਾਂਗੇ ਠਾ ਕਰਕੇ ਲੂਣ, ਲੂਣ ਪਾਉਣਾ ਸਵਾਦ ਅਨੁਸਾਰ, ਅਸੀਂ ਕਿਉਂਕਿ ਅਸੀਂ ਪਿੰਕ ਲੂਣ ਯੂਜ਼ ਕਰਦੇ ਹੈਗੇ ਹਾਂ ਹਿਮਾਲਿਆ ਦਾ, ਇਸ ਕਰਕੇ ਥੋੜ੍ਹਾ ਜ਼ਿਆਦਾ ਪਾਉਣਾ ਪੈਂਦਾ। ਇਹਨੂੰ ਅਸੀਂ ਡੇਢ ਕੁ ਸਪੂਨ ਪਾ ਤਾ, ਬਾਅਦ 'ਚ ਲੋੜ ਪਈ ਠਾ ਕਰ ਦਿਉ, ਉਹਦੇ ਬਾਅਦ ਕੋਈ ਚੱਕਰ ਹੀ ਕੋਈ ਨਹੀਂ। ਕਹਿੰਦੇ ਦੇਗੀ ਮਿਰਚ ਕਾ ਤੱਕੜ ਤੜਕਾ ਅੰਗ ਅੰਗ ਫੜਕਾ, ਇਹ ਦੇਗੀ ਮਿਰਚ ਠਾ ਕਰਤੀ, ਇਸ ਮੁਰਗੇ ਦੀਆਂ ਲੱਤਾਂ ਬਾਂ ਬਾਂ ਕਰਨਗੀਆਂ, ਦੇਖਿਓ ਓਏ ਹੋਏ। ਇੱਕ ਚੀਜ਼ ਤਾਂ ਭੁੱਲੀ ਗਏ, ਇੱਕ ਚੀਜ਼ ਭੁੱਲੀ ਗਏ, ਉਹ ਵੇਖ ਦੋਸਤੋ ਵੇਖ, ਇੱਕ ਚੀਜ਼ ਕਾਲੀ ਮਿਰਚ ਮੈਂ ਐਡ ਕਰਤੀ, ਕਾਲੀ ਮਿਰਚ ਮੈਂ ਐਡ ਕਰਤੀ ਇਹ, ਕਿਉਂਕਿ ਕਾਲੀ ਮਿਰਚ ਦਾ ਟੇਸਟ, ਓ ਆਈ ਲਵ ਕਾਲੀ ਮਿਰਚ।
ਰੈਡ ਚਿੱਲੀ ਨਹੀਂ ਬਣਦਾ, ਉਹ ਦੇਗੀ ਮਿਰਚ ਤਾਂ ਪਾ ਲਈਦਾ, ਇਹ 'ਚ ਨਾ ਥੋੜ੍ਹਾ ਜਿਹਾ ਉਹ ਆ ਜਾਂਦਾ ਕੀ ਕਹਿੰਦੇ ਐਂ ਆਪਣਾ ਕਲਰ ਜਿਹਾ, ਹਲਦੀ ਨਹੀਂ ਪਾਉਣੀ। ਹੁਣ ਹਰ ਅਸੀਂ ਕੀ ਕਰਦੇ ਹਾਂ ਇੰਡੀਅਨ, ਜਿਹੜੀ ਮਿਰਚ, ਹਲਦੀ ਦਾ ਟੀ, ਗਰਮ ਮਸਾਲਾ, ਫੁਲਾਣਾ, ਜੀਰਾ ਪਾਊਡਰ, ਆਹ ਪਾਊਡਰ, ਉਹ ਯਾਰ ਹਰ ਇੱਕ ਕਰੀ ਦਾ ਟੇਸਟ ਸੇਮ ਨਜ਼ਰ ਆਉਂਦਾ। ਆਹ ਹੁਣ ਤੁਸੀਂ ਬਣਾ ਕੇ ਦੇਖੋ, ਮੈਂ ਉਹੀ ਗੱਲ ਫਿਰ ਦੱਸਾਂਗਾ, ਜੇ ਤੁਹਾਨੂੰ ਟੇਸਟ ਨਾ ਆਇਆ ਪੈਸੇ ਵਾਪਸ ਜਿਹੜੇ ਤੁਸੀਂ ਮੈਨੂੰ ਦਿੱਤੇ ਹੈ। ਇਹ ਦੇਖੋ, ਓਹੋ, ਇਹਦਾ ਅਸੀਂ ਕੁਛ ਨਹੀਂ ਪਾਉਣਾ, ਕੋਈ ਪਾਣੀ ਟੱਚ ਨਹੀਂ ਕਰਨਾ, ਤੁਹਾਨੂੰ ਦਬਾਅ ਤੋਂ ਕਹਿ ਰਿਹਾ, ਇਹਨੂੰ ਹਲਕੇ ਹੱਥ ਨਾਲ ਹਿਲਾਉਣਾ। ਇਹਦਾ ਪਾਣੀ ਸੁੱਕ ਗਿਆ, ਜਦੋਂ ਪਾਣੀ ਸੁੱਕ ਜਾਏਗਾ ਉਹਨੂੰ ਥੋੜ੍ਹਾ ਭੁੰਨਣਾ, ਤਾਂ ਉਸ ਵਿੱਚ ਅਸੀਂ ਪਾਵਾਂਗੇ ਆਹ ਗ੍ਰੀਨ ਚਿੱਲੀਆਂ। ਕੋਈ ਕੁਛ ਨਹੀਂ, ਕੋਈ ਗਰਮ ਮਸਾਲਾ ਨਹੀਂ, ਕੋਈ ਧਨੀਆ ਪਾਊਡਰ ਨਹੀਂ, ਕੁਛ ਵੀ ਨਹੀਂ, ਅਸੀਂ ਇਹਨੂੰ ਬਣਾਉਣਾ ਡਿਫਰੈਂਟ। ਕਿਉਂਕਿ ਜਿਹੜਾ ਮੇਰਾ ਫਰੈਂਡ ਹੈ, ਬ੍ਰਦਰ ਹੈ, ਉਹ ਨਹੀਂ ਕਹਿੰਦਾ, ਉਹ ਕਹਿੰਦਾ ਨਹੀਂ ਕੁਛ ਨਹੀਂ ਪਾਉਣਾ। ਕਰੋ, ਆਲਮੋਸਟ ਰੈਡੀ ਹੈ, ਇਹਦਾ ਅਸੀਂ ਪਾਣੀ ਸੁਕਾਉਣਾ। ਉਸ ਤੋਂ ਬਾਅਦ ਹੈਪੀ ਬਰਥਡੇ, ਮਤਲਬ ਇਹਦਾ ਅਸੀਂ ਖਾ ਲਾਂਗੇ। ਇਹ 'ਚ ਪਤਾ ਕਿ ਉਹੀ ਮੇਨ ਚੀਜ਼ ਮੈਂ ਜਦੋਂ ਕਹਿੰਦਾ, ਜਿਹੜੀਆਂ ਗ੍ਰੀਨ ਚਿੱਲੀਆਂ ਨੇ, ਇਹ ਤੁਸੀਂ ਪਾਉਣੀ ਆ ਐਂਡ 'ਤੇ, ਕਿਉਂਕਿ ਜਦੋਂ ਨਾਲ ਨਾਲ ਤੁਸੀਂ ਪਾ ਜਾਓਗੇ ਨਾ, ਇਹਦਾ ਟੇਸਟ ਖਤਮ। ਇਹ ਹੁਣ ਉਸ ਮੈਂ ਸਿਰਫ ਵੇਟ ਕਰ ਰਿਹਾ, ਇਹ ਥੋੜ੍ਹਾ ਓਇਲ ਆਵੇ ਬਾਹਰ, ਅਤੇ ਅਫਗਾਨੀ ਚਿਕਨ ਕੜਾਹੀ ਰੈਡੀ। ਓਕੇ ਆ ਜੀ, ਚਿਕਨ ਸਾਡਾ 99% ਡਨ ਹੈ। ਇਹ 'ਚ ਐਡ ਐਜ ਯੂਜੂਅਲ ਫਸਟ ਗ੍ਰੀਨ ਚਿਲੀਸ, ਇਹ ਮੇਰੀ ਫੇਵਰੇਟ ਹੈ। ਪਤਾ ਕਿ ਵੈਸੇ ਜੇ ਮੈਂ ਇੰਗਲੈਂਡ 'ਚ ਹੋਵਾਂ, ਮੈਂ ਓਲੀਵ ਓਇਲ ਯੂਜ਼ ਕਰਾਂ, ਹੋਰ ਤੇਜ਼ ਓਇਲ ਯੂਜ਼ ਕਰਾਂ, ਪਰ ਮੈਂ ਪੰਜਾਬ 'ਚ ਪਟਿਆਲੇ 'ਚ ਬੈਠਾ, ਇੰਡੀਆ 'ਚ, ਅਤੇ ਇੱਥੇ ਵਿਦੇਸ਼ੀ ਘਿਓ ਬਗੈਰ ਨਾ ਸਰਦਾ ਨਹੀਂ। ਕਹਿੰਦੇ ਨਾ ਸੁਬਲ ਸਰ ਜਾਂਦਾ, ਯਾਰਾ ਦੋਸਾ ਬਿਨਾਂ ਨਹੀਂ ਸਰਦਾ, ਉਹੀ ਗੱਲ ਮੇਰੀ ਹੈ, ਦੇਸੀ ਘਿਓ ਬਿਨਾਂ ਨਹੀਂ ਸਰਦਾ। ਆਹ ਦੇਖੋ, ਇਹ ਜਿਹੜੀ ਹੁਣ ਚਿੱਲੀ ਨੇ ਤੁਹਾਨੂੰ ਟੇਸਟ ਦੇਣਾ ਨਾ, ਉਹ ਯਾਰ ਇੱਕ ਚੀਜ਼ ਤਾਂ ਭੁੱਲ ਹੀ ਗਿਆ, ਇਹ ਥੋੜ੍ਹੀ ਕ੍ਰਸ਼ ਜਿੰਜਰ। ਯਾਰੀ ਤੁਸੀਂ ਫਿਰ ਆ ਗਏ, ਤੁਸੀਂ ਬਣਾਉਂਦੇ, ਜਦੋਂ ਬਣ ਜਾਂਦੀ ਹੈ ਚੀਜ਼ ਉਦੋਂ ਆ ਜਾਂਦੇ ਹੋ ਭਾਜੀ। ਇਹ ਤਾਂ ਇੰਡੀਆ ਦੀ ਲੱਗਦੀ ਨਹੀਂ, ਆਹ ਕਿੱਥੇ ਬਣਾਇਆ ਯਾਰ ਜੀ? ਮੇਰੇ ਇੱਕ ਫਰੈਂਡ, ਮੈਨੂੰ ਆਬਿਦ ਖਾਨ ਨਾਮ ਹੈ, ਉਹ ਮੈਨੂੰ ਸਿਖਾਈ ਸੀਗੀ। ਵਾਹ ਜੀ ਵਾਹ, ਉਹ ਕਿੱਥੇ ਦੇ, ਪਾਕਿਸਤਾਨ ਦੇ ਸੀ, ਕਿੱਥੇ ਦੇ? ਨਹੀਂ ਨਹੀਂ, ਅਫਗਾਨਿਸਤਾਨ। ਉਹ ਅਫਗਾਨਿਸਤਾਨ ਜਿੱਥੇ ਮੈਂ ਬੰਦੂਕਾਂ ਚੱਕਿਆ ਹੁੰਦੇ ਆ। ਬਸ ਬਸ, ਗਾਲੀਆਂ ਠਾ ਠਾ ਹੋ ਜਾਂਦੀ ਹੈ ਇੱਥੇ ਭਾਜੀ, ਠਾ ਠਾ ਦੀ ਨਹੀਂ, ਲੋ ਨਹੀਂ ਨਾਮ ਦੀ, ਅੱਗੇ ਪੰਜਾਬ ਹੈ। ਓਕੇ, ਥੋੜਾ ਜਿਹਾ ਠਾ ਹੋ ਗਿਆ, ਇਹਨੂੰ ਮੇਰਾ ਦਿਲ ਹੈ, ਸਭ ਕੁਝ ਬਣ ਗਿਆ। ਅੱਛਾ ਭਾਜੀ, ਹਲਕਾ ਜਿਹਾ ਮੇਰਾ ਦਿਲ ਹੈ, ਇਹਨੂੰ ਕਾਲੀ ਮਿਰਚ ਦਾ ਨਾ ਐਂਡ ਦੇ ਉਹ ਠਾ ਕਰਦੇ ਆ, ਹਲਕਾ ਜਿਹਾ ਨਾ, ਜਿਵੇਂ ਸੋਨੇ ਦਾ ਸੁਹਾਗਾ ਨਹੀਂ ਹੁੰਦਾ ਭਾਜੀ। ਮੇਰਾ ਦਿਲ ਕਰਦਾ ਮੈਂ ਤੁਹਾਡੀ ਕੜਾਈ ਲੈ ਕੇ ਭੱਜਵਾਂ। ਨਾ ਨਾ ਨਾ, ਇੱਦਾਂ ਨਾ ਕਰੀ ਦੋਸਤ, ਚੱਕਰ ਇਹ ਹੈ ਅਫਗਾਨ ਦੀ ਕੜਾਈ ਹੈ, ਅਫਗਾਨੀ ਸਾਡੇ ਨਾਰਾਜ਼ ਨਾ ਹੋ ਜਾਣ, ਭਾਈ ਦੋਨੋਂ ਭਰਾ ਮਿਲ ਕੇ ਬੈਠਾਂਗੇ ਤੇ ਇਹਨੂੰ ਠਾ ਕਰਾਂਗੇ, ਮਜ਼ਾ ਬਿਲਕੁਲ ਠਾ। ਖੁਸ਼ਬੂ ਲੈ ਦੋਸਤ, ਉਹ ਭਾਜੀ ਬਹੁਤ ਵਧੀਆ, ਇਹ ਬਿਨਾਂ ਹਲਦੀ, ਬਿਨਾਂ ਗਰਮ ਮਸਾਲੇ, ਬਿਨਾਂ ਜੀਰਾ ਪਾਊਡਰ, ਬਿਨਾਂ ਧਨੀਆ ਪਾਊਡਰ, ਤੇ ਓਰਿਜਿਨਲ ਭਾਜੀ, ਇਹਨੂੰ ਹੀ ਕਹਿੰਦੇ ਨੇ ਅਸਲੀ ਮਾਲ। ਨੀਚੇ ਰੱਖਦੇ ਦੋਸਤ, ਇਹ 'ਚ ਕੋਈ ਮਸਾਲੇ ਨਹੀਂ ਹੈ ਨਾ, ਕੁਛ ਨਹੀਂ ਹੈ, ਸਾਰੇ ਇੰਗਲੈਂਡ 'ਚ ਬਹੁਤ ਖਾਂਦੇ ਆ ਭਾਜੀ। ਮੈਂ ਘੱਟ ਦੇਖਿਆ ਵੀ ਕਿਸੇ ਨੂੰ ਬਣਾਉਂਦੇ ਹੋਏ ਵੀ ਅਫਗਾਨੀ ਕੜਾਈ, ਜਿਹਨੂੰ ਦੇਖਾਂ ਮਸਾਲੇ ਪਾ ਰਿਹਾ, ਕੋਈ ਮਲਾਈ ਪਾ ਰਿਹਾ, ਕੋਈ ਕਰੀਮਾ ਪਾ ਰਿਹਾ ਭਾਈ। ਕਰੀਮਾ ਸ਼ੀਮਾ ਤਾਂ ਸਾਡੇ ਜਿਹੜੇ ਗੋਰੇ ਭਰਾ ਆ ਉਹਨਾਂ ਵਾਸਤੇ ਆ ਵੀ ਜਿਹੜੇ ਮਸਾਲੇ। ਮੈਂ ਤਾਂ ਸੋਚਿਆ ਵੀ ਮੈਨੂੰ ਅਫਗਾਨ ਜਾ ਕੇ ਮਿਲੇਗਾ, ਪਰ ਤੁਸੀਂ ਭਾਜੀ ਇਹ ਤਾਂ ਪਟਿਆਲੇ ਵਿੱਚ ਹੀ ਬਣਾ ਕੇ ਤੁਸੀਂ ਬਾਹਰ ਲਾ ਦਿਓ ਯਾਰ ਜੀ, ਕੋਈ ਚੱਕਰ ਨਹੀਂ, ਟੇਸਟ ਕਰੋ, ਲੈ ਭਾਈ ਟੇਸਟ, ਮਜ਼ਾ ਨਾ ਆਇਆ, ਛੱਡਣਾ ਨਹੀਂ ਤੁਹਾਨੂੰ, ਉਹੀ ਮੇਰਾ ਡਾਇਲੋਗ ਆ, ਮਜ਼ਾ ਆਇਆ ਤਾਂ ਪੈਸੇ ਵਾਪਸ ਜਿਹੜੇ ਤੁਸੀਂ ਮੈਨੂੰ ਨਹੀਂ ਦਿੱਤੇ। ਓ ਹੋ ਹੋ ਭਾਜੀ, ਠੀਕ ਹੈ, ਥੈਂਕ ਯੂ, ਧੰਨਵਾਦ, ਪੈਸੇ ਵੱਲ ਤੁਸੀਂ ਬਹੁਤ ਜਾਂਦੇ ਹੋ, ਅੱਤਿਆਚਾਰ ਕਰੋ, ਅੱਤਿਆਚਾਰ ਕਾਨੂੰ ਕਰਨਾ ਭਾਜੀ। ਪ੍ਰੇਮ ਨਾਲ ਬਣਾਇਆ ਤੇ ਪ੍ਰੇਮ ਨਾਲ ਖਾਵਾਂਗੇ, ਨਹੀਂ ਪ੍ਰੇਮ ਨਾਲ ਮੇਰੀ ਲੱਗਦੀ ਨਹੀਂ। ਅੱਛਾ, ਪ੍ਰੇਮ ਚੋਪੜਾ ਨਾਲ ਗਏ ਭਾਜੀ? ਪ੍ਰੇਮ ਨਾਲ ਮੇਰੀ ਲੱਗਦੀ ਨਹੀਂ, ਉਹਨੇ ਮੇਰੇ 100 ਰੁਪਏ ਉਧਾਰ ਦੇਣਾ, ਉਹ ਆਉਂਦਾ ਨਹੀਂ ਸਾਲਾ, ਮੈਂ ਫੋਨ ਚੱਕਰਦਾ, ਫੋਨ ਨਹੀਂ ਚੱਕਦਾ, ਇਸ ਕਰ ਪ੍ਰੇਮ ਨਾਲ ਨਹੀਂ। ਚਲੋ ਭਾਜੀ, ਹੁਣ ਮੈਨੂੰ ਲੱਗਦਾ ਹੁਣ ਸਾਨੂੰ ਟਾਈਮ ਬਹੁਤ ਹੋ ਗਿਆ, ਮੈਨੂੰ ਲੱਗਦਾ
ਭਾਜੀ 11 ਵਜ ਗਏ ਰਾਤ ਦੇ, ਤੇ ਇਹ ਨਾ ਵੇ ਮਾਰਨਿੰਗ ਹੋ ਜੇ, ਤੁਸੀਂ ਓਵਰ ਟਾਈਮ ਲਵਾ ਲਿਆ, ਮਾਰਨਿੰਗ ਹੋ ਜਾ, ਓਵਰ ਟਾਈਮ ਦੀ ਗੱਲ ਨਾ ਕਰੋ ਭਾਜੀ, ਇਹ ਤਾਂ ਓਵਰ ਟਾਈਮ ਤੇ ਮੈਂ ਲੈਦਾ ਪੁੜਾਈ ਲਈ ਮੈਂ ਚੱਕ ਤੇ ਮੈਂ ਚੱਲਿਆ ਹੁਣ, ਚੱਲ ਯਾਰ ਠੀਕ ਹੈ, ਮੈਨੂੰ ਵੀ ਨਾਲ ਲੈ ਜਾ, ਓਹੋ ਰੁਕ ਜਾ ਯਾਰ, ਪਹਿਲੇ ਯਾਰ ਆਪਣੇ ਦੋਸਤਾਂ ਨਾਲ ਮਿਲਾ ਤਾਂ ਦਈਏ ਯਾਰ, ਓ ਅੱਛਾ 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 ਅੱਛਾ, ਹਾਂਜੀ ਇਹ ਆਪਣੇ ਵੱਡੇ ਭਾਈ ਸਾਹਿਬ ਇੰਗਲੈਂਡ ਤੋਂ ਆਏ ਨੇ, ਅਤੇ ਇਹਨਾਂ ਨੂੰ 25 to 30 ਸਾਲਾਂ ਦਾ ਐਕਸਪੀਰੀਅੰਸ ਹੈ ਇੰਗਲੈਂਡ ਦੇ ਵਿੱਚ ਸ਼ੈਫ ਦਾ, ਅਤੇ ਇਹਨਾਂ ਨੇ ਹੈੱਡ ਸ਼ੈਫ ਦਾ, ਅਤੇ ਇਹਨਾਂ ਤੋਂ ਜਿਹੜੀ ਮਰਜ਼ੀ ਕੜੀਆਂ ਬਣਾ ਸਕਦੇ ਹੋ ਤੁਸੀਂ, ਮੈਂ ਇਹਨਾਂ ਦਾ ਵੀ ਪਲੇਟਫਾਰਮ ਬਸ ਤਿਆਰ ਹੋ ਰਿਹਾ, ਅਤੇ ਤੁਹਾਨੂੰ ਨੈਕਸਟ ਵੀਕ ਜਾਂ ਅਗਲੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮਿਲਾਵਾਂਗੇ ਨਵੇਂ ਪਲੇਟਫਾਰਮ 'ਤੇ, ਤੁਹਾਨੂੰ ਦਿਖਾਵਾਂਗੇ ਇਹਨਾਂ ਦੇ ਜਲਵੇ, ਅਤੇ ਨਵੇਂ ਆਪਾਂ ਕੜਾਈਆਂ ਸਿੱਖਾਂਗੇ ਇਹਨਾਂ ਨੂੰ, ਅਤੇ ਇਹਨਾਂ ਤੋਂ ਸਿੱਖਾਂਗੇ ਅਤੇ ਆਪਾਂ ਤੁਹਾਨੂੰ ਵੀ ਬਣਾ ਕੇ ਦਿਖਾਵਾਂਗੇ, ਸ਼ੇਅਰ ਕਰਾਂਗੇ ਯਾਰ ਜੀ, ਕੋਈ ਐਸਾ ਯਾਰ ਨਾ ਇਸ ਯਾਰ ਕੋਈ ਚੱਕਰ ਨਹੀਂ ਭਾਜੀ, ਫਿਰ ਹੁਣ ਇਹਨੂੰ ਆਪਾਂ ਲੈ ਕੇ ਚੱਲੀਏ ਆਪਣੇ ਘਰ, ਠਾ ਮੈਂ ਗੈਸ ਬੰਦ ਕਰ ਦਾਂ ਭਾਜੀ, ਗੈਸ ਬੰਦ ਕਰਤਾ ਸੀ ਆਲਰੇਡੀ ਮੈਂ ਯਾਰ, ਠੀਕ ਉਹ ਨਾ ਕਰੋ ਨਾ ਭਾਜੀ, ਕਿਤੇ ਠਾ ਠਾ ਹੋ ਜੇ, ਸ਼ਾਬਾਸ਼ ਓਕੇ ਬਾਏ ਦੋਸਤੋ, ਥੈਂਕ ਯੂ ਯਾਰ।